ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਮੇਰੇ ਨਾਲ ਨੇ ਸਰਦਾਰ ਜਗਦੇਵ ਸਿੰਘ ਖਾਲਸਾ, ਜਿਨ੍ਹਾਂ ਨੂੰ ਤੁਸੀਂ ਬਹੁਤ ਵਾਰੀ ਦੇਖਿਆ ਹੋਗਾ ਅਲੱਗ-ਅਲੱਗ ਪਲੇਟਫਾਰਮ ਤੇ ਉੱਪਰ ਗੱਲਬਾਤ ਕਰਦੇ ਆ। ਅੱਜ ਵੀ ਅਸੀਂ ਗੱਲ ਕਰਾਂਗੇ ਗੰਭੀਰ ਮੁੱਦੇ ਦੇ ਉੱਪਰ, ਕਿਉਂਕਿ ਜਿਵੇਂ ਪੰਜਾਬ ਦੇ ਹਾਲਾਤ ਪਹਿਲਾਂ 1978 ਨੂੰ ਵਿਗਾੜ ਦਿੱਤੇ ਗਏ ਸੀ ਇੱਕ ਸਾਜਿਸ਼ ਦੇ ਤਹਿਤ, ਤੇ ਹੁਣ ਵੀ ਸਰਕਾਰ ਚਾਹੇ ਕੋਈ ਵੀ ਹੋਵੇ, ਧਿਰ ਉਹ ਕਿਸੇ ਨਾ ਕਿਸੇ ਸਿਸਟਮ ਦੇ ਨਾਲ ਹਾਲਾਤ ਉਹੋ ਜਿਹੇ ਪੈਦਾ ਕੀਤੇ ਜਾ ਰਹੇ ਨੇ ਤਾਂ ਕਿ ਜਿਹੜੇ ਵੱਖ-ਵੱਖ ਫਿਰਕਿਆਂ ਦੇ ਵਿੱਚ, ਲੋਕਾਂ ਦੇ ਵਿੱਚ ਕੁਛ ਜਿਹੜੀਆਂ ਹਿੰਸਕ ਘਟਨਾਵਾਂ ਕਰਵਾਈਆਂ ਜਾਣ ਤੇ ਉਹਦਾ ਜਿਹੜਾ ਠੀਕਰਾ ਆ ਸਿੱਖਾਂ ਦੇ ਸਿਰ ਭੰਨ ਦਿੱਤਾ ਜਾਵੇ। ਤੋ ਸਿੱਖਾਂ ਨੂੰ ਇਸ ਵੱਲੋਂ ਸੁਚੇਤ ਵੀ ਰਹਿਣਾ ਚਾਹੀਦਾ। ਹੁਣ ਹਾਲ ਫਿਲਹਾਲ ਹੀ ਜਿਵੇਂ ਘਟਨਾਵਾਂ ਘਟ ਰਹੀਆਂ ਨੇ, ਰਾਮ ਰਹੀਮ ਨੂੰ ਡੇਰਾ ਉਹਨਾਂ ਨੇ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਕਿ ਇੱਕ ਨਵਾਂ ਡੇਰਾ ਖੋਲ੍ਹਿਆ ਜਾਏਗਾ, ਲੇਕਿਨ ਸਿੱਖਾਂ ਦਾ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਹੈ। ਜੇ ਆਪਾਂ ਦੂਸਰਾ ਪੱਖ ਦੇਖੀਏ ਤਾਂ ਰਾਮ ਰਹੀਮ ਦੇ ਸਮਰਥਕਾਂ ਦੀਆਂ ਵੀ ਭਾਵਨਾਵਾਂ ਉਸ ਨਾਲ ਜੁੜੀਆਂ ਹੋਈਆਂ ਨੇ, ਲੇਕਿਨ ਇੱਕ ਸੋਚਣ ਵਾਲੀ ਗੱਲ ਹੈ ਕਿ ਜਿਸ ਸ਼ਖਸ ਨੂੰ ਕਾਨੂੰਨ ਨੇ, ਹਾਈ ਕੋਰਟ ਨੇ ਬਲਾਤਕਾਰੀ ਡਿਕਲੇਅਰ ਕੀਤਾ ਹੋਇਆ ਹੈ, ਤਾਂ ਉੱਥੇ ਫਿਰ ਸ਼ੱਕ ਦੀ ਗੁੰਜਾਇਸ਼ ਕੀ ਰਹਿ ਜਾਂਦੀ ਹੈ। ਹਾਲਾਂਕਿ ਸਮਰਥਕਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਬਾਬਾ ਜੀ ਨੇ, ਰਾਮ ਰਹੀਮ ਨੇ, ਉਹਨਾਂ ਨੂੰ ਇੱਕ ਸਾਜਿਸ਼ ਦੇ ਤਹਿਤ ਫਸਾਇਆ ਗਿਆ। ਹੁਣ ਸਾਜਿਸ਼ ਕਰੇਗਾ ਕੌਣ? ਸਾਜਿਸ਼ ਤਾਂ ਸਰਕਾਰ ਹੀ ਕਰ ਸਕਦੀ ਹੈ ਨਾ, ਤੇ ਲੇਕਿਨ ਦੋ ਦੋ ਸਰਕਾਰਾਂ ਰਾਮ ਰਹੀਮ ਦੇ ਬੂਹੇ ਤੇ ਆ ਕੇ ਸਵੇਰੇ ਸ਼ਾਮ ਬਹਿੰਦੀਆਂ ਸੀ। ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਬੀਜੇਪੀ ਦੇ ਲੀਡਰ ਉਹਨਾਂ ਨੂੰ ਮਿਲਣ ਪਹੁੰਚ ਰਹੇ ਨੇ, ਤੇ ਉਦੋਂ ਵੀ ਸਾਡੇ ਜਿਹੜੇ ਪੰਜਾਬ ਦਾ ਇੱਕ ਮੰਨਿਆ ਜਾਂਦਾ ਫਕਰੇ ਕੌਮ ਉਹਨੂੰ ਪ੍ਰਕਾਸ਼ ਸਿੰਘ ਬਾਦਲ, ਉਹ ਤੇ ਕਾਂਗਰਸ ਪਾਰਟੀ ਤੇ ਉਧਰੋਂ ਬੀਜੇਪੀ ਵਾਲੇ ਸਾਰੇ ਉੱਥੇ, ਜਦੋਂ ਰਾਮ ਰਹੀਮ ਬਾਹਰ ਹੁੰਦਾ ਸੀ ਇਹਦੇ ਜਨਮ ਦਿਨ ਤੇ, ਇਹਦੀ ਹਰ ਖੁਸ਼ੀ ਗਮੀ ਤੇ ਪਹੁੰਚਦੇ ਹੁੰਦੇ ਸੀ। ਸੋ ਇੰਨੀ ਵੱਡੀ ਪਾਵਰ, ਹਰ ਵਾਰੀ ਵੋਟਾਂ ਦੇ ਵਿੱਚ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਮੀਡੀਆ ਦੇ ਵਿੱਚ ਇੱਕ ਚਰਚਾ ਚੱਲਦੀ ਆ ਕਿ ਡੇਰਾ ਕਿੱਧਰ ਨੂੰ ਜਾਏਗਾ, ਡੇਰਾ ਪ੍ਰੇਮੀ ਕਿੰਨੂੰ ਵੋਟਾਂ ਪਾਉਣਗੇ, ਕਿਉਂਕਿ ਹਰ ਪਾਰਟੀਆਂ ਨੇ ਫਿਰ ਉਸ ਕਿਸਮ ਨਾਲ ਆਪਣੀ ਆਪਣੀ ਜਿਹੜੀ ਪਲੈਨਿੰਗ ਕਰਨੀ ਹੁੰਦੀ ਆ। ਸੋ ਇੰਨੀ ਜਿਹਦੇ ਪਿੱਛੇ, ਜੇ ਸ਼ਖਸ ਦੇ ਪਿੱਛੇ ਇੰਨੀ ਪਾਵਰ ਹੋਵੇ, ਇੰਨੀ ਸਮਰੱਥਾ ਹੋਵੇ, ਤੇ ਉਹਨੂੰ ਆਪਾਂ ਇਹ ਕਹਿ ਦੇਣਾ ਕਿ ਸਰਕਾਰ ਨੇ ਜਾਂ ਕਿਸੇ ਨੇ ਸਾਜਿਸ਼ ਕਰਕੇ ਉਹਨੂੰ ਰਾਮ ਰਹੀਮ ਨੂੰ ਅੰਦਰ ਫਸਾਇਆ, ਇਹ ਗੱਲ ਸਮਝ ਦੇ ਵਿੱਚ ਨਹੀਂ ਆਉਂਦੀ। ਸਾਜਿਸ਼ਾਂ ਆਮ ਲੋਕਾਂ ਦੇ ਨਾਲ ਹੁੰਦੀਆਂ ਨੇ, ਸਾਜਿਸ਼ਾਂ ਮਾੜੇ ਲੋਕਾਂ ਨਾਲ ਕੀਤੀਆਂ ਜਾ ਸਕਦੀਆਂ ਨੇ, ਜਾਂ ਜਿਹੜੇ ਲੋਕ ਸੱਚ ਬੋਲਦੇ ਨੇ ਉਹਨਾਂ ਦੇ ਨਾਲ ਸਾਜਿਸ਼ਾਂ ਹੋ ਸਕਦੀਆਂ ਨੇ। ਸੋ ਇਹ ਹੁਣ ਉਹਨਾਂ ਦਾ ਪੱਖ ਆ, ਲੇਕਿਨ ਦੂਸਰਾ ਪੱਖ ਇਹ ਵੀ ਹੈ ਕਿ ਜੇ ਡੇਰਾ ਬਣਾਉਣ ਦੀ ਪਰਮਿਸ਼ਨ ਉਹਨੂੰ ਦਿੱਤੀ ਹੋਈ ਆ ਜਾਂ ਉਹਨੇ ਐਲਾਨ ਵੀ ਕੀਤਾ ਤੇ ਸਿੱਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਤਾਂ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜਾ ਪ੍ਰੋਗਰਾਮ ਉਹਨਾਂ ਦਾ ਡਿਲੇ ਵੀ ਕਰ ਦੇਣਾ ਚਾਹੀਦਾ ਤਾਂ ਕਿ ਮਾਹੌਲ ਨਾ ਖਰਾਬ ਹੋਵੇ। ਜੇ ਇੱਥੇ ਫਿਲਮਾਂ ਬੈਨ ਹੋ ਸਕਦੀਆਂ ਨੇ ਕਿਸੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ, ਤਾਂ ਸਰਕਾਰ ਇਸ ਪਾਸੇ ਨੂੰ ਵੀ ਧਿਆਨ ਦੇ ਸਕਦੀ ਆ। ਆਪਾਂ ਜਾਣਕਾਰੀ ਵਿਚਾਰ ਸਾਂਝੇ ਕਰਾਂਗੇ ਸਰਦਾਰ ਜਗਦੇਵ ਸਿੰਘ ਜੀ ਨਾਲ। ਸਰਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਡੇਰਾ ਬਣਾਉਣ ਦਾ ਐਲਾਨ ਕਰ ਦਿੱਤਾ, ਤੁਹਾਨੂੰ ਕੀ ਲੱਗਦਾ ਕਿ ਇਹ ਜਸਟ ਇੱਕ ਉਹਨਾਂ ਵੱਲੋਂ ਇੱਕ, ਚਲੋ ਹਰ ਇੱਕ ਨੂੰ ਇੱਕ ਆਜ਼ਾਦੀ ਵੀ ਹੈ, ਜਿਵੇਂ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ ਕਿ ਆਪਣੇ ਧਰਮ ਦਾ ਪ੍ਰਚਾਰ ਕਰਨ, ਆਪਣੇ ਵਿਚਾਰ ਰੱਖ ਸਕਣ? ਪਹਿਲੀ ਗੱਲ ਤਾਂ ਡੇਰਾ ਕੋਈ ਧਰਮ ਨਹੀਂ ਹੈਗਾ, ਲੇਕਿਨ ਫਿਰ ਵੀ ਜੇ ਉਹ ਚਾਹੁੰਦੇ ਨੇ ਅਸੀਂ ਆਪਣੇ ਆਪ ਨੂੰ ਅੱਗੇ ਪ੍ਰਫੁੱਲਤ ਕਰੀਏ, ਉਹ ਕਰ ਲੈਣ, ਲੇਕਿਨ ਜਦੋਂ ਉੱਥੇ ਟਕਰਾਅ ਦੀ ਗੱਲ ਆ ਜੇ ਤਾਂ ਉੱਥੇ ਕੁਝ ਸੋਚਣ ਦੀ ਗੱਲ ਸਮਝ ਆਉਂਦੀ ਆ ਕਿ ਸੋਚਣਾ ਚਾਹੀਦਾ। ਤਾਂ ਹੁਣ ਤੁਹਾਨੂੰ ਲੱਗਦਾ ਵੀ ਇਹ ਪ੍ਰਚਾਰ ਵਾਸਤੇ ਕੀਤਾ ਜਾ ਰਿਹਾ ਜਾਂ ਫਿਰ ਸਿੱਧੀ ਸਿੱਧੀ ਇੱਕ ਲੜਾਈ ਜਾਂ ਹਿੰਸਕ ਪੰਜਾਬ ਦੇ ਵਿੱਚ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹੈ ਵੀ ਜਿਹੜਾ ਮਤਲਬ ਇਹ ਹਾਲਾਤ 2024 ਨੂੰ ਮੁੱਖ ਰੱਖ ਕੇ ਕੀਤੇ ਜਾ ਰਹੇ ਆ, ਜੀ ਕਿਉਂਕਿ 2024 ਦੇ ਵਿੱਚ ਪ੍ਰਾਈਮ ਮਿਨਿਸਟਰ ਦੀਆਂ ਵੋਟਾਂ ਨੇ ਤੇ ਉਹਦੇ ਲਈ ਪੰਜਾਬ ਨੂੰ 23 ਤੱਕ ਪੂਰੇ ਦਾ ਪੂਰਾ ਭੱਠੀ ਵਿੱਚ ਝੋਕ ਦੇਣਾ। ਮੇਰੀਆਂ ਜਿੰਨੀਆਂ ਵੀਡੀਓ ਦੇਖੀਆਂ ਨੇ ਕਿਸਾਨ ਅੰਦੋਲਨ ਦੇ ਵਿੱਚ, ਉਹਦੇ ਵਿੱਚ ਮੈਂ ਦੱਸਿਆ ਹੋਇਆ ਜਦ ਦੀਪ ਸਿੱਧੂ ਦੀ ਮੌਤ ਹੋਈ ਸੀ ਤਾਂ ਜੀ ਦੀਪ ਸਿੱਧੂ ਦੀ ਮੌਤ ਤੋਂ ਉਪਰੰਤ 5ਵੇਂ ਦਿਨ ਮੇਰੀ ਇੱਕ ਚੈਨਲ ਤੇ ਵੀਡੀਓ ਆਈ ਸੀ, ਜੀ ਉਦੋਂ ਆਪਣਾ ਪੂਰਾ ਜ਼ੋਰ ਸੀ ਕਿ ਜਿਹਦੇ ਵਿੱਚ ਆਪਣਾ ਇਲੈਕਸ਼ਨ ਦਾ ਪੰਜਾਬ ਦੇ ਵਿੱਚ, ਤਾਂ ਮੈਂ ਵੀਡੀਓ 'ਚ ਕਿਹਾ ਸੀ ਵੀ ਰਾਮ ਰਹੀਮ ਨੂੰ ਉਦੋਂ ਇੱਕ ਨਾ ਪਰੋਲ ਮਿਲ ਚੁੱਕੀ ਸੀ ਠੀਕ ਹੈ ਤੇ ਜੀ ਮੈਂ ਕਿਹਾ ਸੀ ਵੀ ਹੁਣ 6 ਮਹੀਨੇ ਤੋਂ ਪਹਿਲਾਂ ਪਹਿਲਾਂ ਉਹਨੂੰ ਇੱਕ ਪਰੋਲ ਹੋਰ ਮਿਲੂਗੀ ਤੇ ਉਹ ਜੀ ਮਿਲੂਗੀ ਮਹੀਨੇ ਦੀ, ਤੇ ਜੀ ਉਹ 5.5 ਮਹੀਨੇ ਬਾਅਦ ਹੀ ਮਿਲ ਗਈ ਸੀ ਤੇ ਮਹੀਨੇ ਦੀ ਮਿਲੀ ਆ। ਜੀ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਵੀ ਇਹ ਜਿਹੜਾ ਇਹਨਾਂ ਨੇ ਟਕਵਾਂਜਰਾ ਚਲਿਆ, ਇਹ ਜੀ 24 ਤੋਂ ਪਹਿਲਾਂ ਪਹਿਲਾਂ ਰਾਮ ਰਹੀਮ ਨੂੰ ਛੱਡ ਦੇਣਗੇ, ਇਹਨੂੰ ਬਿਲਕੁਲ ਆਜ਼ਾਦ ਕਰ ਦੇਣਗੇ। ਔਰ ਇਹ ਆਜ਼ਾਦ ਕਰਾਉਣ ਦਾ ਮਨਸਾ ਕੀ ਆ, ਜਿਵੇਂ 1978 ਦੇ ਵਿੱਚ ਜੀ ਨਿਰੰਕਾਰੀ ਕਾਂਡ ਵਾਪਰਿਆ, ਯਾਨੀ ਸਿੱਖਾਂ ਨੂੰ ਮਜਬੂਰ ਕਰ ਦਿੱਤਾ ਜਾਂਦਾ, ਸਿੱਖਾਂ ਵਾਸਤੇ ਕੋਈ ਰਸਤਾ ਨਹੀਂ ਛੱਡਿਆ ਜਾਂਦਾ ਕਿ ਸਿੱਖ ਕੀ ਕਰਨ, ਸਿੱਖਾਂ ਨੂੰ
ਇੱਕ ਐਸੀ ਸਕੀਮ ਨਾਲ, ਇੱਕ ਐਸੀ ਜਾਲਸਾਜ਼ੀ ਨਾਲ, ਸਾਜ਼ਿਸ਼ ਦੇ ਨਾਲ ਵਿਲਨ ਬਣਾ ਦਿੱਤਾ ਜਾਂਦਾ। ਜਿਵੇਂ ਜੀ 1978 ਦੇ ਵਿੱਚ ਨਿਰੰਕਾਰੀ ਕਾਂਡ ਹੋਇਆ ਸੀ, ਉਹ ਕਾਂਡ ਸਰਕਾਰ ਨੇ ਖੁਦ ਜਾਣ ਬੁੱਝ ਕੇ, ਯਾਨੀ ਕਿ ਗੁਰੂ ਗ੍ਰੰਥ ਸਾਹਿਬ ਦੀ ਮੰਨ ਕੇ ਚਲੋ ਬੇਅਦਬੀ ਉਦੋਂ ਵੀ ਕਰਦੇ ਸੀ ਉਹ, ਤਾਂ ਉਦੋਂ ਕੀ ਕੀਤਾ ਗਿਆ ਕਿ ਉਦੋਂ ਮਤਲਬ ਕਿ ਕਰਕੇ ਫਿਰ ਸੰਤ ਜਰਨੈਲ ਸਿੰਘ ਜੀ ਦਾ ਜੋ ਵੀ ਹੋਇਆ, ਤੇ ਉਸ ਜੀ ਤੋਂ ਬਾਅਦ 84 ਦਾ ਅਟੈਕ। ਹੁਣ ਕੀ ਹੈ, ਹੁਣ ਮੈਂ ਤੁਹਾਨੂੰ ਇੱਕ ਥੋੜ੍ਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ ਜੀ ਵੀਰ ਜੀ, ਮੇਰੀ ਗੱਲ ਨੂੰ ਧਿਆਨ ਨਾਲ ਸੁਣਿਆ ਜੇ। ਇਹ ਜਿਹੜਾ ਸਾਰੇ ਦਾ ਸਾਰਾ ਮਤਲਬ ਕੀਤਾ ਜਾ ਰਿਹਾ ਨਾ, ਇਹ ਜਿਹੜਾ ਕਿਸਾਨੀ ਅੰਦੋਲਨ ਸੀ ਜਦੋਂ ਜੀ ਮਤਲਬ ਹੋਇਆ, ਉਦੋਂ ਪੰਜਾਬ ਨੇ ਪੂਰਾ ਦੇਸ਼ ਜੁਗਾ ਦਿੱਤਾ ਸੀ, ਹਰਿਆਣਾ ਨਾਲ ਰਲ ਗਿਆ ਸੀ, ਜੀ ਤੇ ਉੱਥੇ ਜਦੋਂ ਐਡੀ ਵੱਡਾ ਇਕੱਠ ਹੋ ਗਿਆ, ਇੰਨਾ ਲੋਕਾਂ ਦਾ ਏਕਾ ਹੋ ਗਿਆ, ਤੇ ਸਰਕਾਰ ਨੂੰ ਹੱਥ ਜੋੜ ਕੇ ਆਪਦੀ ਜਾਨ ਛੁਡਾਉਣੀ ਪਈ। ਜੀ ਸਰਕਾਰ ਨੇ ਹੱਥ ਜੋੜ ਕੇ, ਲੇਕਿਨ ਮੈਂ ਇਹ ਕਿਹਾ ਸੀ ਵੀ ਉੱਥੇ ਪੰਜ ਗੱਲਾਂ ਮੈਂ ਅੱਜ ਵੀ ਦੁਬਾਰਾ ਰਿਪੀਟ ਕਰ ਦਿੰਦਾ। ਪਹਿਲੀ ਗੱਲ ਇਹ ਕਹੀ ਸੀ ਵੀ ਜੇ ਅੰਦੋਲਨ ਹਰੋਂਗੇ ਤਾਂ ਤੁਹਾਡਾ ਕੀ ਪਲਾਨ ਹੈ, ਜੇ ਜੀ ਤੁਸੀਂ ਜਿੱਤੋਗੇ ਤਾਂ ਉਸ ਤੋਂ ਬਾਅਦ ਤੁਹਾਡੀ ਕੀ ਸਟ੍ਰੈਟਜੀ ਹੈ, ਕਿ ਤੁਸੀਂ ਆਉਣ ਵਾਲੇ ਸਮੇਂ 'ਚ ਸਰਕਾਰ ਨਾਲ ਕਿਵੇਂ ਮੱਥਾ, ਪੰਜਾਬ ਵਰਸਸ ਮਤਲਬ ਸੈਂਟਰ ਸੈਂਟਰ ਜਾਂ ਪੰਜਾਬ ਹਰਿਆਣਾ ਵਰਸਸ ਸੈਂਟਰ ਤੁਸੀਂ ਕਿਵੇਂ ਲੜਨਾ। ਜੀ ਲੇਕਿਨ ਉਹਦੇ 'ਚ ਇਹ ਵੀ ਕਿਹਾ ਸੀ ਵੀ ਜਿੱਦਣ ਤੁਸੀਂ ਜਿੱਤ ਗਏ ਤੁਸੀਂ ਮਹੀਨਾ ਦੀਵਾਲੀ ਮਨਾਈ ਜਾਣੀ ਆ, ਤੁਸੀਂ ਪਟਾਕੇ ਚਲਾਈ ਜਾਣੇ ਆ, ਅਗਲਿਆਂ ਨੇ ਤੁਹਾਡੇ ਮਗਰ ਆ ਜਾਣਾ। ਉਹੀ ਗੱਲ ਹੋਈ, 15 ਦਿਨ ਹੀ ਟੱਪੇ ਸੀ ਤੇ ਦੀਪ ਸਿੱਧੂ ਦਾ ਮਰਡਰ, ਯਾਨੀ ਕਿ ਇੱਕ ਮੰਨ ਕੇ ਚਲੋ ਵੀ ਇੱਕ ਹਾਦਸਾ ਲਾ ਲਓ ਜਿਹਨੂੰ ਕਰਵਾਇਆ ਗਿਆ, ਜਿਹਦਾ ਅੱਜ ਤੱਕ ਵੀ ਭੇਦ ਬਣਿਆ ਹੋਇਆ। ਫਿਰ ਉਸ ਤੋਂ ਬਾਅਦ ਸਾਡੀ ਜਥੇਬੰਦੀਆਂ ਦੀ ਫੁੱਟ, ਪੰਜਾਬ ਦੇ ਵਿੱਚ ਰਾਜਨੀਤੀ ਦਾ ਆਉਣਾ, ਪੰਜਾਬ ਦਾ ਹਰਨਾ, ਯਾਨੀ ਕਿ ਬੋਕਰ ਵਾਲਿਆਂ ਨੇ ਜਿੱਤਣਾ, ਇਹ ਕਾਫੀ ਕੁਛ ਉਹਦੇ ਵਿੱਚ ਸੀ। ਲੇਕਿਨ ਕੀ ਹੈ, ਅੱਜ ਵੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਜ਼ਰੀਏ, ਕਿ ਜੀ 2024 ਦੇ ਵਿੱਚ ਤਿੰਨੋਂ ਪਾਰਟੀਆਂ ਜੀਰੋ, ਦੇਖੋ ਪਰਾਲੀ ਦਲ ਜਿਹੜੇ ਜਿਹਨੂੰ ਮੈਂ ਤਾਂ ਪਰਾਲੀ ਦਲ ਕਹਿੰਦਾ, ਉਹ ਸਾਰੇ ਖਤਮ ਹੋ ਚੁੱਕੇ ਆ। ਜੀ ਬਾਦਲ ਪਰਿਵਾਰ ਐਂਡ ਸਾਰੇ ਜਿਹੜੇ ਕਿ ਉਹ ਖਤਮ ਹੋ ਚੁੱਕੇ ਆ, ਕਾਂਗਰਸ ਖਤਮ ਹੋ ਚੁੱਕੀ ਹੈ, ਤੇ ਰਹਿੰਦਾ ਖੁੰਦਾ ਜਿਹੜੇ ਬੋਕਰ ਵਾਲੇ ਆ ਮਤਲਬ ਝਾੜੂ ਪੋਚੇ ਵਾਲੇ, ਇਹਨਾਂ ਦਾ ਵੀ ਗ੍ਰਾਫ ਡਿੱਗ ਚੁੱਕਿਆ। ਤੇ ਔਰ ਪਾਰਟੀ ਕਿਹੜੀ ਬਚੀ ਆ, ਜੀ ਪਾਰਟੀ ਬਚੀ ਆ ਬੀਜੇਪੀ। ਤੇ ਠੀਕ ਹੈ ਜੀ ਪੰਜਾਬ ਦੇ ਵਿੱਚ ਇੱਕ ਹਾਲਾਤ ਪੈਦਾ ਕਰ ਦਿੱਤੇ ਜਾਣਗੇ ਕਿ ਰਾਮ ਰਹੀਮ ਦਾ ਡੇਰਾ ਬਣਾਉਣ ਦਾ ਐਲਾਨ ਕਰਨਾ। ਰਾਮ ਰਹੀਮ, ਪਹਿਲਾਂ ਮੈਨੂੰ ਜਸਪਾਲ ਜੀ ਇੱਕ ਗੱਲ ਦੱਸੋ, ਤੁਸੀਂ ਜੀ ਕਹਿੰਦੇ ਆ ਭਾਰਤ ਕਾਨੂੰਨ, ਭਾਰਤ ਦੇ ਵਿੱਚ ਕਾਨੂੰਨ ਹੈ, ਕਾਨੂੰਨ ਜੀ ਮੈਨੂੰ ਦੱਸੋ ਕਿੱਥੇ ਆ। ਇੱਕ ਗੱਲ ਇਹ ਸਾਬਤ ਕਰੇ ਸਰਕਾਰ ਵੀ ਜਾਂ ਤਾਂ ਰਾਮ ਰਹੀਮ ਨੂੰ ਬਈ ਮਤਲਬ ਕਿ ਦੋਸ਼ੀ ਨਹੀਂ ਸੀ, ਅਸੀਂ ਉਹਨੂੰ ਸਾਜਿਸ਼ ਨਾਲ ਫੜ ਲਿਆ, ਜਿਹੜੀ ਉਹਦੇ ਜੀ ਉਹਦੇ ਪੈਰੋਕਾਰ ਕਹਿੰਦੇ ਆ, ਤੇ ਜੇਕਰ ਸਾਜਿਸ਼ ਨਾਲ ਫੜਿਆ ਤਾਂ ਫਿਰ ਵੀ ਸਰਕਾਰ ਦੋਸ਼ੀ ਆ। ਜੇ ਬਿਲਕੁਲ ਦੋਸ਼ੀ ਸੀ, ਮਰਡਰ ਕੀਤੇ ਸੀ, ਤੇ ਪਲੱਸ ਮਤਲਬ ਕਿ ਬਹੁਤ ਵੱਡੇ ਘਿਨਾਉਣੇ ਅਪਰਾਧ ਕੀਤੇ ਉਸ ਬੰਦੇ ਨੇ, ਰੇਪ ਤੱਕ ਕੀਤੇ, ਤੇ ਜੇਕਰ ਫਿਰ ਉਹਨੂੰ ਪਰੋਲ ਕਿਉਂ ਦਿੱਤੀ ਜਾ ਰਹੀ ਆ। ਉਹਦਾ ਕਾਰਨ ਇੱਕੋ ਹੀ ਆ ਕਿ ਇਸ ਵੇਲੇ ਜਿਹੜਾ ਇਹਨਾਂ ਦਾ ਡੇਰੇ ਵਾਲਿਆਂ ਦਾ ਕੇਡਰ ਆ ਨਾ, ਇਹ ਕੀ ਆ, ਇਹ ਮਤਲਬ ਜਾਨੀ ਇਹ ਇਹਨਾਂ ਦਾ ਬ੍ਰੇਨ ਵਾਸ਼ ਹੋਇਆ, ਇਹ ਬਸ ਜੋ ਕਹਿੰਦੇ ਉਹਦੇ ਮਗਰ ਲੱਗੇ ਹੋਏ ਆ, ਤੇ ਸਰਕਾਰ ਨੂੰ ਵੋਟਾਂ ਚਾਹੀਦੀਆਂ ਨੇ। ਹੁਣ ਇਹ ਕੀ ਕਰਨਗੇ, ਇੱਕ ਪਾਸੇ ਅੱਜ ਅੰਮ੍ਰਿਤਪਾਲ ਸਿੰਘ ਮਤਲਬ ਕਿ ਸਿੱਖੀ ਦੀ ਗੱਲ ਕਰ ਰਿਹਾ, ਸਿੱਖੀ ਨਾਲ ਜੋੜ ਰਿਹਾ, ਜੀ ਆਨੰਦਪੁਰ ਘਰ ਵਾੜ ਰਿਹਾ, ਬੱਚੇ ਨਸ਼ੇ ਦੇ ਵਿਰੁੱਧ ਲੜ ਰਿਹਾ, ਤੇ ਦੂਜੇ ਪਾਸੇ ਸਾਡੇ ਆਪਣੇ ਢਕਵੰਜ ਚੌਧਰੀ ਬਣੇ ਹੋਏ, ਜਿਹਦੇ ਜੀ ਢੱਡਰੀਆਂ ਵਾਲਾ ਵੀ ਆ ਜਾਂਦਾ, ਜਿਹਦੇ ਵਿੱਚ ਆ ਦੁੱਕੀ ਤਿੱਕੀ ਵਿਦਵਾਨ ਬੈਠੇ, ਜਿਹੜੇ ਬੈਠੇ ਕੁਝ ਬਾਹਰ ਬੈਠੇ ਹੁੰਦੇ ਨੇ, ਉਹ ਸਿਰਫ ਇੱਕੋ ਗੱਲ ਦਾ ਟਾਕਰਾ, ਇੱਕੋ ਗੱਲ ਦਾ ਮਤਲਬ ਕਿ ਰੌਲਾ ਪਾ ਰਹੇ ਆ ਬਈ ਮਤਲਬ ਕਿ ਜਿਹੜੇ ਆ ਅੰਮ੍ਰਿਤਪਾਲ ਸਿੰਘ ਨੇ ਮੁੰਡੇ ਮਰਵਾ ਦੇਣੇ ਆ, ਉਹਨੇ ਉਹਨੇ ਮੁੰਡੇ, ਇਹ ਮਤਲਬ ਦੇਖੋ ਪ੍ਰੋਪੇਗੰਡਾ ਕੀ ਬਣਾਇਆ ਜਾ ਰਿਹਾ ਕਿ ਅੰਮ੍ਰਿਤਪਾਲ ਦੀ ਛਵੀ ਉਦਾਂ ਦੀ ਬਣਾਈ ਜਾ ਰਹੀ ਆ ਕਿ ਠੀਕ ਹੈ ਕੱਲ ਜੀ ਨੂੰ ਜਦੋਂ ਰਾਮ ਰਹੀਮ ਦਾ ਜਦੋਂ ਡੇਰਾ ਬਣਨਾ, ਉਦੋਂ ਡੇਰਾ ਬਣੂਗਾ, ਲੜਾਈ ਹੋਊਗੀ, ਗੋਲੀਆਂ ਚੱਲਣਗੀਆਂ, ਸਰਕਾਰ ਨੇ ਕੁਛ ਨਹੀਂ ਕਰਨਾ, ਸਰਕਾਰ ਨੇ ਸਿਰਫ ਇੱਕ ਪਲਾਨ ਸਕ੍ਰਿਪਟ ਲਿਖੀ ਆ, ਉਸ ਸਕ੍ਰਿਪਟ ਦੇ ਵਿੱਚ ਰਾਮ ਰਹੀਮ ਦਾ ਪੂਰਾ ਪਲਾਨ ਆ, ਇਹਨੂੰ ਫਿੱਟ ਕੀਤਾ ਹੋਇਆ, ਤੇ ਉਹਦੇ ਵਿੱਚ ਆਟੋਮੈਟਿਕ ਅੰਮ੍ਰਿਤਪਾਲ ਨੇ ਆਉਣਾ। ਅੰਮ੍ਰਿਤਪਾਲ ਨੇ ਕਿਉਂ ਆਉਣਾ, ਉਹਨੇ ਗੁਰੂ ਲਈ ਆਉਣਾ, ਸਿਧਾਂਤਾਂ ਲਈ ਆਉਣਾ, ਨਸ਼ੇ 'ਚ 7 ਲੱਖ ਮੁੰਡਾ ਮਰ ਗਿਆ। ਅੱਜ ਗੱਲ ਕੀ ਹੋ ਰਹੀ ਆ ਵੀ ਕੱਲ ਨੂੰ ਆਉਣ ਵਾਲਾ ਸਮਾਂ ਪਹਿਲਾਂ ਹੀ ਦਿਮਾਗ ਵਿੱਚ ਲੋਕਾਂ ਦੇ ਪਾਇਆ ਜਾ ਰਿਹਾ ਕਿ ਵੀ ਅੰਮ੍ਰਿਤਪਾਲ ਤੁਹਾਡੇ ਮੁੰਡੇ ਮਰਵਾਊਗਾ, ਤੇ ਜਿਹਦੇ ਵਿੱਚ ਸਰਕਾਰੀਆਂ ਮਤਲਬ ਸਰਕਾਰੀ ਸਾਧ ਉਹ ਪਹਿਲਾਂ ਹੀ ਰੌਲਾ ਪਾ ਰਹੇ ਨੇ ਕਿ ਦੇਖੋ ਜੀ ਨੇ ਐਂ ਕਰ ਦੇਣਾ, ਜਦੋਂ ਇਹ ਚੀਜ਼ ਹੋਣੀ ਹੈ ਤੇ ਉਹਨਾਂ ਨੇ ਸੱਚੇ ਹੋ ਜਾਣਾ ਕਿ ਦੇਖੋ ਜੀ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ। ਯਾਨੀ ਕਿ ਇਹਦੇ ਵਿੱਚ ਬਲੀ ਦਾ ਬੱਕਰਾ ਸਰਕਾਰ ਨੇ, ਏਜੰਸੀਆਂ ਨੇ ਆਉਣ ਵਾਲੇ ਸਮੇਂ 'ਚ ਅੰਮ੍ਰਿਤਪਾਲ ਨੂੰ ਤਾਂ ਬਣਾਉਣਾ ਹੀ ਬਣਾਉਣਾ, ਰਾਮ ਰਹੀਮ ਨੂੰ ਸੇਫ ਰੱਖਣਾ। ਦੇਖਿਓ ਹੁਣ ਕੀ ਹੈ, ਜਿਹੜੀ ਇਹ ਹਾਲਾਤ ਬਣ ਗਏ ਆ ਨਾ, ਮੈਂ ਕਹਿੰਦਾ ਵੀ ਸਰਕਾਰ 3 ਕੰਮ ਕਰ ਰਹੀ ਹੈ ਪੰਜਾਬ ਵਿੱਚ ਸੈਂਟਰ। ਜੀ ਪਹਿਲਾ ਕੰਮ, ਸਰਕਾਰ ਬਦਲਾ ਲੈ ਰਹੀ ਹੈ ਪੰਜਾਬ ਤੋਂ, ਜਿਹੜਾ ਉਹਨੇ ਧੌਣ ਚੁਕਾਇਆ, ਸਰਕਾਰ ਨੇ ਧੌਣ, ਸਰਕਾਰ ਦੀ ਧੌਣ ਚੁਕਾਈ ਆ, ਮੋਦੀ ਦੇ ਹੱਥ ਜੁੜਾਇਆ, ਉਹਦਾ ਬਦਲਾ ਲੈ ਰਹੀ ਆ ਕਿ ਵੀ ਐਸਾ ਹਾਲਾਤ ਪੈਦਾ ਕਰ ਦਿਓ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਲਝਾ ਕੇ ਮਾਰ ਦਿਓ, ਖਤਮ ਕਰ ਦਿਓ, ਕਰਜ਼ਾ ਵਧਾ ਦਿਓ। ਜੀ ਦੂਜਾ, ਜਿਹੜੀ ਕੇਜਰੀਵਾਲ ਦੀ ਸਰਕਾਰ ਹੈ,
केजरीवाल की सरकार है वह भी टीम मन लो ला लो आर एस एस जो कुछ भी मन के चलिए आप केजरीवाल की सरकार अज पंजाब पहला स्थापित करवा दिता एक तरीके हम उन्होंने खत्म किया जाऊगा फिर सारा ठीकरा वो सिर से भन्या जाऊगा हो सकता भी आने वाले समय के गवर्नर राज भी लाने की कोशिश कर वो किया जाऊगा फिर वो की होगा भी केजरीवाल भी खत्म हो गया अपोजिशन मान लो तो तीजे नंबर के जेड़ा के आने वाले समय से पंजाब बिल्कुल जी सा अज आवाज उठी है इन बंद कर दिता जाऊगा यह बड़ा जेकर देखा जाए असि कितने मार खा रहे हैं अज असि मार कितने खा रहे हैं मैं तुम्हें एक गल दसा अज चैनल वाले चुप बैठे आ मैं कल एक पत्रकार सुन रहा थी पटियाले तो बहुत वधिया चलो मतलब सरदार मुंडा उन्हें बहुत राम रीम बहुत करने हथी लिता वह कहता भी बलात्कारी है उन्होंने बला डेरे के बाहर बलात्कारी लिखो रेपिस्ट लिखो मतलब जो भी उन्हें लिखा उन्हें बोलिया पर बाकी चैनल अच्छे चुप बैठे आ पर तुसी याद रखियो यह अग लगनी है तो सारे घर लगनी है मतलब जेड़ा मुद्दा बनाया जा रहा ना राम रीम का जो मुद्दा बनाना यह सरकार ने बना देना अज बीजेपी बीजेपी के लीडर वे जा रहे हैं वह जो प्रोग्राम करा रहे कि वाला षडयंत्र कि वही पावर खड़ी हुई है अच्छे सेंटर सरकार खड़ी आ हरियाणा सरकार खड़ी आ पंजाब सरकार कुछ बोलती नहीं हैगी ठीक है जी इनू हुण हौली 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 अग नू भड़काया जाना और आने वाला समा जिहड़ा पंजाब वास्ते बहुत माड़ा सर हुण गल तां क्लीयर हो गई है भी सरकार लगी हुई है जी आपां इह हालात नू देखीए तां हो सकदा सरकार पिछे जिवें सपोर्ट मिल रही है तां लग ही रिहा भी सरकार कुछ ना कुछ चाहुंदी है नवां करना तां हुण जिवें भी तुसीं इक शब्द वरत्या कि अमृतपाल सिंह बली दा बकरा बन सकदा आ ਤਾਂ ਹੁਣ ਇਹ ਸਿੱਖਾਂ ਦੀ ਕੀ ਪਾਲਿਸੀ ਸਟ੍ਰੈਟੇਜੀ ਕੀ ਅਪਣਾਉਣੀ ਚਾਹੀਦੀ ਸਿੱਖਾਂ ਨੂੰ ਕਿ ਹਿੰਸਕ ਟਕਰਾਅ ਵੀ ਨਾ ਹੋਵੇ ਭਾਈਚਾਰਾ ਵੀ ਕਾਇਮ ਰਵੇ ਤੇ ਇਹ ਮਸਲੇ ਵੀ ਹੱਲ ਹੋ ਜਾਣ ਤੇ ਜਿਹੜਾ ਹੁਣ ਜਿਵੇਂ ਖੂਨ ਖਰਾਬਾ ਪਹਿਲਾਂ ਸਿੱਖਾਂ ਨੇ ਦੇਖ ਲਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਵਿੱਚੋਂ ਨਿਕਲਿਆ ਕੱਖ ਨਹੀਂ ਸਾਡੇ ਮਸਲੇ ਸਿੱਖਾਂ ਦੇ ਪੰਜਾਬ ਦੇ ਉਵੇਂ ਦੇ ਉਵੇਂ ਹੀ ਪੈਂਡਿੰਗ ਪਏ ਨੇ ਸੋ ਹੁਣ ਕੀ ਸਟ੍ਰੈਟੇਜੀ ਅਪਣਾਉਣੀ ਚਾਹੀਦੀ ਹੈ ਸਿੱਖਾਂ ਨੂੰ ਦੇਖੋ ਜਸਪਾਲ ਸਿੰਘ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਤੁਸੀਂ ਨਾ ਗੱਲ ਮਤਲਬ ਸਾਡੇ ਬਜ਼ੁਰਗ ਦੱਸਿਆ ਕਰਦੇ ਸੀ ਉਹ ਕਹਿੰਦੇ ਨਾ ਸਾਡੇ ਸਾਡੇ ਜਿਹੜੇ ਦੇਸ਼ ਵਿੱਚ ਸਿਸਟਮ ਹੈ ਜਿਹਦੇ ਵਿੱਚ ਇੱਕ ਕੌਮ ਹੈ ਇੱਕ ਕੌਮ ਆ ਉਹ ਪਹਿਲਾਂ ਸੋਚ ਲੈਂਦੀ ਹੈ ਜਿਹਨੂੰ ਆਪਾਂ ਹਿੰਦੂ ਕੌਮ ਵੀ ਕਹਿ ਦਿੰਦੇ ਹਾਂ ਵੀ ਉਹ ਪਹਿਲਾਂ ਸੋਚ ਲੈਂਦੀ ਆ ਕਿ ਵੀ 1 ਸਾਲ 2 ਸਾਲ 5 ਸਾਲ 10 ਸਾਲ 20 ਸਾਲ ਦਾ ਪਲਾਨ ਕਰਦੀ ਆ ਪਹਿਲਾਂ ਸੋਚਦੀ ਆ ਘਾਟਾ ਵਾਧਾ ਇੱਕ ਜਿਹੜੀ ਸਾਡੀ ਕੌਮ ਹੈ ਉਹ ਜਦੋਂ ਕੰਮ ਹੋ ਜਾਂਦਾ ਉਦੋਂ ਬਾਅਦ ਸੋਚਦੀ ਆ ਸਿੱਖ ਕੌਮ ਤੇ ਇੱਕ ਸਾਡੇ ਵਿੱਚੋਂ ਹੀ ਨੇ ਸਾਡੇ ਕੁਛ ਬੰਦੇ ਨੇ ਚਲੋ ਮੈਂ ਨਾਮ ਨਹੀਂ ਲੈਂਦਾ ਉਹ ਹੋਣ ਤੋਂ ਬਾਅਦ ਵੀ ਨਹੀਂ ਸੋਚਦੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਇਸ ਵੇਲੇ ਸਾਨੂੰ ਕਰਨਾ ਕੀ ਚਾਹੀਦਾ ਇਸ ਵੇਲੇ ਇੱਕ ਪਾਸੇ ਲੈਣ ਚੱਲ ਰਹੀ ਆ ਅੰਮ੍ਰਿਤਪਾਲ ਸਿੰਘ ਦੀ ਉਹਦੇ ਮਗਰ ਮੰਨ ਕੇ ਚੱਲੋ ਵੀ ਉਹਦੀ ਸਪੋਰਟ ਬਹੁਤ ਹੋ ਰਹੀ ਆ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਹੋ ਰਹੀ ਆ ਪਰ ਉਸ ਸਪੋਰਟ ਦੇ ਵਿੱਚ ਇੰਨੀ ਸਪੀਡ ਦਿੱਤੀ ਜਾ ਰਹੀ ਆ ਕਿ ਅੰਮ੍ਰਿਤਪਾਲ ਸਿੰਘ ਦੇ ਦੇਖੋ ਮੈਂ ਬਹੁਤ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੇਰੇ ਨਾਲ ਗੱਲਬਾਤ ਨਹੀਂ ਹੋ ਸਕੀ ਇਸ ਵੇਲੇ ਅੰਮ੍ਰਿਤਪਾਲ ਸਿੰਘ ਨੂੰ ਜੋ ਗੁਰੂ ਸਾਡਿਆਂ ਦਾ ਸਿਧਾਂਤ ਹੈ ਗੁਰੂਆਂ ਦਾ ਸਿਧਾਂਤ ਚਲੋ ਮੈਂ ਹੁਣ ਵਿੱਚ ਆ ਜਾਈਏ ਸਾਡੇ ਗੁਰੂ ਨਾਨਕ ਦੇਵ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਮੈਂ ਕਹਿੰਦਾ ਨਾਲੇ ਸੱਪ ਵੀ ਮਰ ਜੂਗਾ ਸੋਟੀ ਵੀ ਵੱਜੂਗੀ ਤੇ ਪੰਜਾਬ ਵੀ ਵੱਜੂਗਾ ਮੈਂ ਤੁਹਾਨੂੰ ਇੱਕ ਦੱਸਦਾ ਪਹਿਲਾਂ ਅਸੀਂ ਕਰੀਏ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤਾ ਕਿ ਸ਼ਬਦ ਰੂਪੀ ਬਾਣੀ ਦੇ ਨਾਲ ਡੰਡਾ ਲੈ ਕੇ ਬਾਬਰ ਤੱਕ ਰੋਕਤਾ ਰੋਕਿਆ ਕਿ ਨਹੀਂ ਰੋਕਿਆ ਦੂਜੇ ਪਾਤਸ਼ਾਹ ਸੀ ਜਿਹੜੇ ਉਹ ਦੇਵੀ ਦੇ ਪਾਤਸ਼ਾਹ ਸੀ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ ਤਾਂ ਗੁਰੂ ਬਣਾ ਦਿੱਤੇ ਗਏ ਤੀਜੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਉਮਰ ਕਿੱਥੇ ਸੀ ਜਦੋਂ ਗੁਰਤਾ ਗੱਦੀ ਮਿਲੀ ਆ ਤੇ ਚੌਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜਦੋਂ ਬਚਪਨ ਦੇ ਵਿੱਚ ਮਾਂ ਬਾਪ ਦਾ ਸਾਇਆ ਉੱਡ ਗਿਆ ਨਾਨੀ ਨੇ ਪਾਲਿਆ ਤੇ ਚਵਰ ਛਤਰ ਤੱਕ ਦੇ ਮਾਲਕ ਬਣ ਗਏ ਮੈਂ ਇੱਥੋਂ ਤੱਕ ਜਾਂਦਾ ਦਸਾਂ ਗੁਰੂਆਂ ਦੀ ਆਪਾਂ ਕਦੇ ਅੱਗੇ ਕਰਾਂਗੇ ਲੇਕਿਨ ਮੈਂ ਤੁਹਾਨੂੰ ਇੱਕ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿੱਦਾਂ ਦੇਖੋ ਸਰਕਾਰ ਨੇ ਗਵਰਨਮੈਂਟ ਨੇ ਸਿਸਟਮ ਨੇ ਲਾ ਲਓ ਕਿੱਦਾਂ ਤੱਤੀ ਤਵੀ ਦੇ ਉੱਤੇ ਬਾ ਕੇ ਸ਼ਹੀਦ ਕੀਤਾ ਗਿਆ ਕੀਤਾ ਕਿ ਨਹੀਂ ਕੀਤਾ ਗੱਲ ਸਮਝ ਲਓ ਬਿਲਕੁਲ ਤੇ ਅੱਜ ਜੇ ਆਪਾਂ ਗੱਲ ਕਹਿ ਦਈਏ ਵੀ ਤੱਤੀ ਤਵੀ ਤੋਂ ਬਾਅਦ ਕੀ ਸੀ 6ਵੇਂ ਪਾਤਸ਼ਾਹ ਨੇ ਫਿਰ ਉਦੋਂ ਬਾਅਦ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਲਈਆਂ ਇਹਦਾ ਉਦੋਂ ਬਾਅਦ ਸਿਸਟਮ ਚੱਲਦਾ ਰਿਹਾ 10ਵੇਂ ਗੁਰੂ ਤੱਕ ਜਦੋਂ ਅਸੀਂ ਆਏ ਹਾਂ ਤਾਂ 10ਵੇਂ ਗੁਰੂ ਤੱਕ ਅਸੀਂ ਪਹੁੰਚਦੇ ਪਹੁੰਚਦੇ ਕਿੱਥੇ ਪਹੁੰਚ ਗਏ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਨੇ 1.25 ਲੱਖ ਨਾਲ ਇੱਕ ਵੀ ਲੜਾ ਦਿੱਤਾ ਲੜਾਇਆ ਵੀ ਲੜਾਇਆ ਇਤਿਹਾਸ ਹੈ ਪਰ ਜਦੋਂ ਗੁਰੂ ਸਾਹਿਬ ਗਣੀ ਖਾਂ ਤੇ ਨਬੀ ਖਾਂ ਦੇ ਘਰੋਂ ਨਿਕਲੇ ਨੇ ਤਾਂ ਉਦੋਂ ਉੱਚਾ ਪੀਰ ਵੀ ਬਣੇ ਨੇ ਜੇ ਅੱਜ ਦੇ ਵਿਦਵਾਨ ਹੁੰਦੇ ਅੱਜ ਦੇ ਟੁੱਚੀ ਹੁੰਦੇ ਇਹਨਾਂ ਨੇ ਨੇਕੀ ਵਰਗਿਆਂ ਨੇ ਕਹਿਣਾ ਸੀ ਦੇਖੋ ਤੁਹਾਡਾ ਗੁਰੂ ਇਹ ਇਹ ਗੁਰੂ ਤੇ ਕਿਉਂ ਨੀ ਇਹਨਾਂ ਨੂੰ ਪਤਾ ਵੀ ਜੁੱਤੀ ਬਹੁਤ ਵਰਨੀ ਆ ਇਹਨਾਂ ਨੇ ਕਹਿਣਾ ਸੀ ਦੇਖੋ ਤੁਹਾਡਾ ਗੁਰੂ ਡਰਦਾ ਮਾਰਾ ਉੱਚਾ ਪੀਰ ਬਣ ਗਿਆ ਸੀ ਪਰ ਗੁਰੂ ਸਾਹਿਬ ਨੇ ਇੱਕ ਨੀਤੀ ਵਰਤੀ ਸੀ ਕਿ ਸਿੱਖੋ ਸਮਾਂ ਆਊਗਾ ਤੁਸੀਂ ਨੀਤੀ ਵਰਤਿਓ ਜੁਰਤ ਵਰਤਿਓ ਅੱਜ ਜੇਕਰ ਮੈਂ ਦੇਖਿਆ ਜਾਵਾਂ ਤਾਂ ਅੰਮ੍ਰਿਤਪਾਲ ਸਿੰਘ ਦੇ ਵਿੱਚ ਜੁਰਤ ਬਹੁਤ ਹੈ ਦਲੇਰੀ ਬਹੁਤ ਹੈ
लेकिन जेकर गुरु अर्जन देव महाराज जी नूं तत्ती तवी ते शहीद किया जा सकता, छोटे बच्चों नूं नीयां विच चिणिया जा सकता, ते जी अमृतपाल सिंह अज एक सिख है और संतां तों बाद इन्ना पावरफुल भी नहीं है कि अमृतपाल सिंह अज उस लड़ाई नूं लड़ लवे। जी ये नहीं, मैं जुड़त होनी चाहिए, जोश होना चाहिए, पर दिमाग दे नाल असीं करना की आ। मैं अमृतपाल सिंह दे कोई उल्ट नहीं बोल रहा, पर मैं गलत नूं समझा रहा। सानू करना की चाहिए, सानू जी करना चाहिए। 13,228 पंजाब दे पिंड ने, ते जी पिंड पिंड इक लहर खड़ी कर दिती जावे जिहदे विच जिहड़े सौदा साहिब दे प्रेमियां दा टोटल बाइकाट कीता जावे। अकाल तख्त दा जी जहेदार ये कर सकदा। अकाल तख्त दा जहेदार अज नपुंसक बनिया, बादलां दा कौली चट ते तलवे चट बन के बैठा होया। वो की कर रहा है? उन्हें कुछ नहीं करना, बस सिर्फ बकवासबाजी मार छड़नी है। कौम दे विच तां बुरा हाल होया है, ते कल वो बैठा बकवास करी जांदा सी दिवाली दे उत्ते कि कौम नूं एदां। मैं कहना कौम पढ़े सब कुछ करे, कौम पढ़ूगी लिखूगी उच्च अहुदे ते जाऊगी, जाऊगा तां जे कौम बचूगी। बिल्कुल अज एक रेपिस्ट बंदा जिन्हें तुहाडे गुरु दा दी बेदबी कराती, इन्ना पावरफुल है कि उस बंदे ते एक्शन भी कोई नहीं हो रहा, ते अज तुसीं फिरदे किथों आ? ते करना की जाऊगा? अमृतपाल वर्ष दी लड़ाई बना के, मतलब राम रहीम दी, आने वाले समय से पंजाब च खल्लर पाया जाना। सानू करना की चाहिदा, सानू जी करना चाहिदा। पिंड पिंड गुरुद्वारा च अनाउंसमेंट की जाए जेडे गुरु ग्रंथ साहिब नू समर्पित ने। लोग इकट्ठे होण, लोग इकट्ठे हो के आपकी एक कमेटी बनाउण, पिंड जी दी कमेटी बनाउण तो बाद उहदे विच जेड़ा भी अज जिवें चल रिहा सिस्टम, उहदे विच उस कमेटी दे विच कीता की जावे। कमेटी बन गई, कमेटी तो बाद उत्थे जेड़े राम रहीम दे पैरोकार है इन्हां नूं अज गुरु ग्रंथ साहिब भी मिल रहे ने। अज पिंडां दे विच राम रहीम दे जिन्ने चेले आ वो ऐदां ही विचर रहे ने। कहिंदे ठीक है निरंकारियां दा बाइकाट होया सी, तुहानूं पता है कि उस टाइम बिल्कुल कांटा मार दित्ता सी, निरंकारियां नूं बुलाउंदे नहीं सी पिंड विच। जी मेरे बचपन दे विच साडे पिंड इक घर सीगा, ते साडे बुजुर्गां ने कहा निरंकार नरकधारी है, आपां इन्हां ने बोलना नहीं हैगा। ते अज की कीता जा रहा, पिंड पिंड दे विच जिन्ने राम रहीम दे चेले आ उहनां नूं गुरु ग्रंथ साहिब दी भी मिल रहा, उन्हां दे घरां 'च पाठ भी हो रहे आ, ते उह बेदबियां भी कर रहे आ। इह दोगलापन छड्डणा पैणा। पिंड पिंड जे तुसीं कवर कर लिया, असल विच की आ जिहड़े शहरां दी वोट आ, जिहड़ा हिंदू तबका है उह उहनां ने इह उहदे नाल होणा की आ। उह मतलब कि शहरां विच उह तां अज भी, चाहे उह केजरीवाल नाल चले जाण, चाहे उह बीजेपी नाल चले जाण, लेकिन जी जिहड़ी उह वोट उहने पक्की कर लेनी आ। पक्की करनी किवें? डरा के, मन दे विच पाउणा भी इह खालिस्तानी आ, इहनां तुहानूं मार देणा, इहनां देश तोड़ देणा, जानी कि यह सिस्टम है। तो कीता की जावे? कीता जावे भी पिंड पिंड कवर किए जाण, पिंडां दे विचों सिस्टम बनाया जावे कि भाई जेकर पहली गल तां पिंड अकाल तख्त दा जहेदार वो बादलों तो ना, तो अज अलग होवे ना होवे कल, जिहड़े काम अकाल तख्त दे जहेदार ने करने सी वो अज अमृतपाल सिंह कर रहा। जेकर वो बंदा अज इह वो तत्ता बोलदा, वो इदां बोलदा, जे वो सच बोलदा तां तुहानूं इन्नी तकलीफ क्यों है? चलो तुसीं अमृतपाल नूं साइड ते कर लो, ते जे तुसीं इकट्ठे हो गए तुसीं कुछ कर लो। रोज बैठे लोग रौला पाउंदे है भी फलाना कर दू, ऐदां कर दू, तुसीं बचा लो पंजाब। अज नशे धड़ा धड़ विक रहे आ। कल भी मैं देख रहा सी इक पिंड च दो मुंडिया ने मुंह चो झग आ रही सी, मीडिया विच पिया सी, हो की रहा? लुट्टां खोहां हो रहियां पंजाब विच। अज इन्नी इनसिक्योरिटी पैदा कर दित्ती गई आ कि इहदा इक्को इक कारण है, 24 दे इलैक्शन दे विच दो मुद्दे हल कर लेने, नाले तां पंजाब नूं साइड ते कर देणगे, नाले पंजाब नूं बर्बाद कर देणगे, नाले एनआरआईआं नूं इन्ना कि डरा देणगे भी तुसीं पंजाब च नहीं आउणा, नाले ये वोटां जित्तणगे। अज पंजाब कोले टाइम है, अज मेरी गल्लां अज रिकॉर्ड हो रहीयां, तुसीं देख लियो आउण वाले समें दे विच इह हालात पैदा हो जाणे आ। सर साडे कोले इदा बहुत सौखा तरीका है। एक तो चलो कमेटी का तुम कहता, दूसरा ये नहीं हो सकता कि जैसे वार वार साढ़े कुछ लोग ये भी कहते हैं कि सिखा नू एक अपनी पोलिटिकल पावर जी वो गेन करनी चाहिए है, उस वाल भी कदम पुटने चाहिए, कोई इस तरीके का भी जसपाल सिंह जी, तुहाडे तुहाडा सवाल बहुत वधिया है, पर जी मैनूं इह दस्सो जिहड़ा बंदा अज, मैं तुहानूं इक गल दस्सदा, मैं तुहानूं ना इक वोटां तों पहलां मैं इक अपना अफसर सीगा, अपना आईएएस रिटायर्ड, मेरी जी उहनां नाल गल होई ते मैं कहा मेरे कोल इन्ना कु कुझ हैगा भी मैं माघी मुक्सर दे विच ना मैं बखीए उधेड़ देणे इहनां दे, आ झाड़ू पोचिआं दे वी मैं इहो जिहा कुछ पा देणा। उह ठीक है कहिंदा यार तेरे वर्गे, उहने मैनूं जवाब दित्ता कहिंदा जगदेव सिंह तेरे वर्गे बहुत आ, इह कुछ नहीं होणा, उन्हां कोल एडा तगड़ा आईटी सैल आ, तेरी एक वीडियो पाउण तों पहलां 50 तेरे विरुद्ध आ जाणगियां। अज मान लो कोई बंदा कहिंदा जी पार्टी बनाउणी है, नवां कुछ करना है, उसे टाइम इन्ना कु प्रोपेगंडा साडा खड़ा कर देणगे, उहनूं खत्म ही कर दित्ता जाणगे। इक्को ही हल है कि सब तों पहले इक लहर खड़ी कीती जावे, वो जी लहर पिंड पिंड विच होवे,
ਉਹਦਾ ਹੀ ਗਾਂ ਜਾ ਕੇ ਇੱਕ ਵਿੰਗ ਬਣਾ ਦਿੱਤਾ ਜਾਵੇ ਜੋ ਪੋਲੀਟੀਕਲ 2024 ਦੀ ਇਲੈਕਸ਼ਨ ਦੇ ਵਿੱਚ ਪੰਜਾਬ ਨੂੰ ਮਤਲਬ ਕਿ ਪ੍ਰੈਜੈਂਟ ਕਰੇ, ਪੰਜਾਬ ਲਈ ਗੱਲ ਕਰੇ। ਜੇ ਹਾਂ ਇੱਕ ਚੀਜ਼ ਹੈ, ਮਤਲਬ ਦੋ ਗੱਲਾਂ ਚੋਂ ਇੱਕ ਚੀਜ਼ ਹੈ, ਇਸ ਟਾਈਮ ਬਹੁਤ ਸੁਨਹਿਰੀ ਮੌਕਾ, ਇਸ ਵੇਲੇ ਸਾਰੀਆਂ ਪਾਰਟੀਆਂ ਪੰਜਾਬ ਵਿੱਚ ਖਤਮ ਹੈ ਤੇ ਜੀ ਪੰਜਾਬ ਕਦੇ ਵੀ ਬੀਜੇਪੀ ਦੇ ਪੱਖ ਵਿੱਚ ਨਹੀਂ ਭੁਗਤੂਗਾ, ਤੁਸੀਂ ਦੇਖ ਲਓ ਪੰਜਾਬ ਨਹੀਂ ਭੁਗਤਦਾ। ਪਰ ਇੱਕ ਗੱਲ ਯਾਦ ਰੱਖਿਓ, ਜਿਹੜਾ ਨਵੀਂ ਧਿਰ ਬਣ ਕੇ ਜੇਕਰ ਸੁਹਿਰਦ ਆ ਗਈ ਤਾਂ ਪੰਜਾਬ ਦੀਆਂ ਸਾਰੀਆਂ ਸੀਟਾਂ ਵੀ ਐਮਪੀ ਦੀਆਂ ਜਿੱਤ ਸਕਦੇ ਆ। ਜੀ ਪਰ ਉਹ ਪੋਲੀਟੀਕਲ ਪਾਰਟੀ ਪਾਰਟ 2 ਹੈ, ਨਾ ਕਿ ਪਾਰਟ 1। ਜੀ ਪਾਰਟ 1 ਅੱਜ ਸਾਨੂੰ ਇਹ ਕਰਨ, ਅੱਜ ਅੰਮ੍ਰਿਤਪਾਲ ਸਿੰਘ ਕੋਲੇ ਉਹ ਸੋਚ ਹੈ, ਮੇਰੀ ਗੱਲ ਸੁਣੋ, ਅੱਜ ਅੰਮ੍ਰਿਤਪਾਲ ਸਿੰਘ ਇੱਕ ਮੈਂ ਤੁਹਾਨੂੰ ਦੱਸਦਾ ਐਲਾਨ ਕਰ ਦੇਵੇ ਕਿ ਮੈਂ ਪਿੰਡ ਪਿੰਡ ਖੜਾ ਕਰਨਾ ਤੇ ਸੋਫਟਵੇਅਰ ਬਣਾ ਕੇ ਇੱਕ ਪਿੰਡ ਚੋਂ 12-15 ਬੰਦੇ ਲੈ ਕੇ ਬਲੌਗ ਬਣਾ ਕੇ ਇਹ ਪਲਾਨ ਬਹੁਤ ਵਧੀਆ, ਤਹਿਸੀਲ ਬਣਾ ਕੇ, ਡਿਸਟ੍ਰਿਕਟ ਬਣਾ ਕੇ, ਸਟੇਟ ਬਣਾ ਕੇ, ਅੱਜ ਉਹ ਬੰਦਾ ਪੰਜਾਬ ਦਾ। ਅੱਜ ਮੰਨ ਕੇ ਚੱਲੋ ਅੰਮ੍ਰਿਤਪਾਲ ਸਿੰਘ ਜੇ ਚਾਹੁੰਦਾ ਵੀ ਮੈਂ ਪੰਜਾਬ ਦੇ ਵਿੱਚ ਜਾ ਕੇ ਮੈਨੂੰ ਲੋਕ ਪਿਆਰ ਕਰਦੇ ਆ, ਮੈਨੂੰ ਮਿਲਦੇ ਆ, ਤਾਂ ਅੱਜ ਅੰਮ੍ਰਿਤਪਾਲ ਕਿੰਨੇ ਕੁ ਪੰਜਾਬ ਚ, 13,000 ਪੰਜਾਬ ਦੇ ਪਿੰਡ ਆ, ਜੀ ਜੇ 4 ਪਿੰਡ ਇੱਕ ਦਿਨ ਦੇ ਵਿੱਚ ਵੀ ਕੱਢੇ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਘੱਟ ਤੋਂ ਘੱਟ 4,000 ਦਿਨ ਚਾਹੀਦਾ, ਜੀ 3,000-3,500 ਦਿਨ ਚਾਹੀਦਾ ਉਹਨੂੰ ਅੱਜ, ਕਿ ਉਹ ਜੀ 3,500 ਦਿਨਾਂ ਨੂੰ ਤੁਸੀਂ ਸਾਲ ਤੇ ਡਿਵਾਈਡ ਕਰ ਲਓ ਕਿ ਤੁਸੀਂ 10 ਸਾਲ ਲੱਗ ਜਾਣਗੇ ਤੇ 10 ਸਾਲਾਂ ਦੇ। ਜੇ ਅੱਜ ਚਾਹੁੰਦਾ, ਅੱਜ ਰਾਮ ਰਹੀਮ ਕੀ ਕਰ ਰਿਹਾ ਡੇਰੇ ਤੋਂ, ਅੱਜ ਲਾ ਕੇ ਐਲਈਡੀਆਂ ਆਪਦੀਆਂ ਕਰਕੇ ਭੇਡਾਂ ਨੂੰ ਇਕੱਠੇ ਤੇ ਉੱਥੇ ਉਹਨਾਂ ਨੂੰ ਕਰਵਾ ਰਿਹਾ ਪੂਰੇ ਦਾ ਪੂਰਾ, ਉਹ ਪੂਰੇ ਦਾ ਪੂਰਾ ਜੋ ਕਰੀ ਜਾ ਰਿਹਾ ਉਹਦੀ ਗੱਲ ਲੋਕਾਂ ਤੱਕ ਪਹੁੰਚ ਰਹੀ ਹੈ। ਤੇ ਅਸੀਂ ਕੀ ਕਰ ਰਹੇ ਹਾਂ, ਅਸੀਂ ਇੱਕ ਪ੍ਰੋਗਰਾਮ ਰੱਖਦੇ ਹਾਂ ਵੀ ਮੇਰੇ ਕੋਲੇ ਆ ਜਾਓ, ਪਹਿਲਾਂ ਮੇਰੇ ਕੋਲੇ ਆ ਜਾਓ, ਤੇ ਇਹ ਪਲਾਨ ਨਾਲ ਅਸੀਂ ਕੰਮ ਕਿਉਂ ਨਹੀਂ ਕਰ ਸਕਦੇ। ਅਸੀਂ ਅਸੀਂ ਪੁੱਠੇ ਪਾਸੇ ਚੱਲਣਾ ਹੁੰਦਾ, ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਦੁਨੀਆਂ ਦਾ ਸਰਵੋਤਮ ਗੁਰੂ ਜਿਹਦੇ ਅੱਗੇ ਪੂਰੀ ਦੁਨੀਆਂ ਝੁਕਦੀ ਆ, ਪਰ ਅਸੀਂ ਬੇਵਕੂਫੀਆਂ ਕਰ ਕਰਕੇ ਅੱਜ ਬਿਆਸ ਵਾਲੇ ਨੇ ਸਾਡੇ ਗੁਰੂ ਦੀ ਬਾਣੀ ਨੂੰ ਵਰਤ ਵਰਤ ਕੇ ਕਿੱਥੋਂ ਤੱਕ ਪਹੁੰਚ ਗਏ। ਰਾਮ ਰਹੀਮ ਵਰਗਾ ਕੋਲੇ ਆਪਣੇ ਕੋਲੇ ਕੋਈ ਪੱਲੇ ਹੈ ਬਿਨਾਂ ਗੱਲਾਂ ਤੋਂ, ਬਿਨਾਂ ਚੁਟਕਲਿਆਂ ਤੋਂ? ਲੇਕਿਨ ਸਾਡੇ ਕੋਲੇ ਬਾਣੀ ਆ, ਅਸੀਂ ਬਾਣੀ ਦੇ ਨਾਲ ਫਲਸਫਾ ਵਰਤਦੇ ਹੀ ਨਹੀਂ ਆ। ਅੱਜ ਅਸੀਂ ਰੌਲਾ, ਮੈਂ ਕਹਿੰਦਾ ਅੱਜ ਅੰਮ੍ਰਿਤਪਾਲ ਸਿੰਘ ਕੋਲੇ ਪਾਵਰ ਹੈਗੀ ਆ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਨੂੰ ਖੜਾ ਵੀ ਕਰ ਸਕਦਾ, ਉਹ ਨਾਲ ਸਭ ਪੋਲੀਟੀਕਲ ਪਾਰਟੀ ਬਣਵਾ ਕੇ ਪੰਜਾਬ ਨੂੰ ਬਚਾ ਵੀ ਸਕਦਾ। ਔਰ ਇੱਕ ਗੱਲ ਯਾਦ ਰੱਖਿਓ, ਪੋਲੀਟੀਕਲ ਪਾਰਟੀ ਬਣੇ ਤੋਂ ਬਿਨਾਂ ਪੰਜਾਬ ਨਹੀਂ ਬਚ ਸਕਦਾ। ਤੁਸੀਂ ਅਖੀਰ ਨੂੰ ਜਦੋਂ ਜਾਂਦੇ ਹੋ, ਜਦੋਂ ਤੁਹਾਡੀ ਤੁਹਾਡੀ ਏਕਤਾ ਕੀ ਕਰੂਗੀ? ਤੁਹਾਡੀ ਆ ਕਿਸਾਨ ਏਕਤਾ ਨੇ ਕੀ ਕੀਤਾ? ਅੱਜ ਬਿਲਕੁਲ ਬਾਅਦ ਚ ਖਿੜ ਕੇ ਉਹ ਕਹਿੰਦਾ ਜੀ ਉਹ ਇੰਨੇ ਪੈਸੇ ਖਾ ਗਿਆ, ਉਹ ਇੰਨੇ ਪੈਸੇ ਖਾ ਗਿਆ। ਸਾਡੇ ਕੋਲੇ ਵਨ ਮੈਨ ਆਰਮੀ ਕਦੇ ਬਣ ਨਹੀਂ ਸਕਦੀ, ਪਰ ਅਸੀਂ ਬਣਾਵਾਂਗੇ ਤਾਂ ਜੇ ਅਸੀਂ ਤੁਰਾਂਗੇ ਉਧਰਲੇ ਪਾਸੇ। ਇੱਕ ਬੰਦਾ ਵੀਡੀਓ ਪਾਉਂਦਾ, 10 ਉਹਨੂੰ ਗਾਲਾਂ ਕੱਢਣ ਲੱਗ ਪੈਂਦੇ ਨੇ। ਤਾਂ ਇਸ ਨਾਲੇ ਕਰਕੇ ਦੋ ਗੱਲਾਂ ਜ਼ਰੂਰੀ ਨੇ ਏਕਤਾ ਜਸਪਾਲ ਜੀ, ਦੋ ਜੀ ਗੱਲਾਂ ਜੀ ਜੀ ਜ਼ਰੂਰੀ ਨੇ। ਪੰਜਾਬੀਓ ਜਾਗ ਜੋ, NRE ਵੀਰਾਂ ਨੂੰ ਵੀ ਮੈਂ ਕਹਿੰਦਾ ਜਾਗ ਜੋ, ਜੇ ਅੱਜ ਨਹੀਂ ਨਾ ਜਾਗੇ ਤਾਂ ਤੁਹਾਡੇ ਪੱਲੇ ਕੁਛ ਨਹੀਂ ਬਚਣਾ। ਹਿੰਦੂ ਵੀਰਾਂ ਨੂੰ, ਮੁਸਲਿਮ ਵੀਰਾਂ ਨੂੰ, ਈਸਾਈਆਂ ਨੂੰ, ਸਭ ਨੂੰ ਬੇਨਤੀ ਆ ਕਿ ਤੁਸੀਂ ਆਟੋਮੈਟਿਕ, ਕਈ ਵਾਰੀ ਇਹ ਹੁੰਦਾ ਅਸੀਂ ਸੋਚਦੇ ਹਾਂ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ, ਪਰ ਅਸੀਂ ਗਲਤ ਫਹਿਮੀ ਵਿੱਚ ਅਸੀਂ ਸਿਸਟਮ ਦਾ ਆਟੋਮੈਟਿਕ ਮਤਲਬ ਕਿ ਹਿੱਸਾ ਬਣ ਜਾਂਦੇ ਹਾਂ। ਅੱਜ ਜੇਕਰ ਜੇਕਰ ਖਾੜਕੂਵਾਦ ਆਇਆ 84 ਵਿੱਚ, ਹਿੰਦੂਆਂ ਦਾ ਨੁਕਸਾਨ ਘੱਟ ਹੋਇਆ, ਹਿੰਦੂ ਵੀਰਾਂ ਦਾ ਨੁਕਸਾਨ ਹੋਇਆ, ਸਿੱਖਾਂ ਦਾ ਹੋਇਆ, ਸਭ ਦਾ ਹੋਇਆ, ਲੇਕਿਨ ਇਹ ਅਸ਼ਾਂਤੀ ਫੈਲਾਉਂਦਾ ਕੌਣ ਹੈ? ਸਰਕਾਰਾਂ। ਤੇ ਜੇਕਰ ਅੱਜ ਇਹ ਚੀਜ਼ ਬਣ ਜਾਣੀ ਆ, ਤੇ ਜੇ ਇਹ ਚੀਜ਼ ਬਣੂਗੀ ਤਾਂ ਫਿਰ ਉਹਦੇ ਨਾਲ ਨੁਕਸਾਨ ਪੰਜਾਬ ਦਾ ਹੋਣਾ। ਰਾਮ ਰਹੀਮ ਦਾ ਕੱਖ ਨਹੀਂ ਵਿਗੜਨਾ, ਉਹਨੇ ਉੱਥੇ ਬੈਠੇ ਨੇ ਕਹਿਣਾ ਮਰਨਗੇ ਪੰਜਾਬ ਦੇ ਉਹ ਲੋਕ ਜਿਹੜੇ ਰਾਮ ਰਹੀਮ ਨਾਲ ਜੁੜੇ ਆ, ਚਾਹੇ ਉਹ ਭੜਕ ਕੇ ਜੁੜ ਗਏ ਆ, ਜੀ ਭੜਕ ਕੇ ਜੁੜ ਗਏ ਆ, ਲੇਕਿਨ ਕੀ ਆ ਉਹ ਜਿਹੜੇ ਬੰਦੇ, ਮੈਨੂੰ ਇਹ ਦੱਸੋ ਪੰਚਕੂਲਾ 'ਚ ਮਾਰੇ ਗਏ ਸੀ, ਉਹ ਉਹਨਾਂ ਦਾ ਵਿਚਾਰਿਆਂ ਦਾ ਕੀ ਬਣਿਆ ਦੱਸੋ? ਅਸੀਂ ਇਹ ਨਹੀਂ ਕਹਿ ਰਹੇ, ਪਰ ਜੇ ਉਹ ਭੜਕ ਗਏ ਆ, ਮੈਨੂੰ ਇੱਕ ਗੱਲ ਦੱਸੋ, ਵਾੜ ਕਿਹਨੇ ਲਾਉਣੀ ਆ? ਕਿਸਾਨ ਨੇ ਲਾਉਣੀ ਆ ਨਾ ਜੀ ਜੀ ਖੇਤ ਜੀ ਦੇ। ਜੇ ਹੁਣ ਖੇਤ ਦੇ ਵੀ ਢੱਟੇ ਵੜੀ ਜਾਂਦੇ ਨੇ, ਪਸ਼ੂ ਵੜੀ ਜਾਂਦੇ ਨੇ, ਅਵਾਰਾ ਪਸ਼ੂ ਵੜ ਰਹੇ ਆ, ਤਾਂ ਫਿਰ ਉਹਨੂੰ, ਜੇ ਅਸੀਂ ਹੁਣ ਵਾੜ ਤਾਂ ਲਾਉਂਦੇ ਨਹੀਂ, ਅਸੀਂ ਵਾੜ ਲਾਉਂਦੇ ਨਹੀਂ, ਜੀ ਦਾਗ ਚੱਕੀ ਆ, 100 ਢੱਟਾ ਵੜਿਆ, ਇੱਕ ਦੇ ਮਾਰਦੇ ਆ 99 ਉਧਰ ਪੈ ਜਾਂਦੇ ਆ ਜੀ 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 ਉਧਰੋਂ ਉਧਰੋਂ। ਇਹਦੇ ਨਾਲੋਂ ਚੰਗਾ ਇੱਕ ਵਾੜ ਕਰ ਲਈਏ। ਵਾੜ ਕਰਨ ਦੇ ਵਾਸਤੇ ਸਾਡੇ ਕੋਲੇ ਸਿਰਫ 1 ਸਾਲ ਬਚਿਆ, ਦੀਵਾਲੀ ਤੋਂ ਦੀਵਾਲੀ ਲਾ ਲਓ, 1 ਸਾਲ ਬਚਿਆ। ਜੇ ਅਸੀਂ 1 ਸਾਲ ਵਿੱਚ ਨਹੀਂ ਸੰਭਲੇ ਤਾਂ ਪੰਜਾਬ ਨੂੰ ਅੱਗ ਦੀ ਭੱਠੀ ਇਹਨਾਂ ਨੇ ਝੋਕ ਦੇਣਾ, ਮੇਰੀ ਗੱਲ ਯਾਦ ਰੱਖਿਓ। ਸਰ ਧੰਨਵਾਦ ਤੁਹਾਡਾ। 30 ਮਿੰਟ ਤੋਂ ਲਗਭਗ ਸਮਾਂ ਉੱਪਰ ਹੋ ਗਿਆ, 1-2 ਮਿੰਟ, ਤੇ ਆਪਾਂ ਸਮਾਪਤੀ ਕਰਦੇ ਹਾਂ ਹੁਣ। ਤੇ ਦਰਸ਼ਕਾਂ ਦਾ ਵੀ ਧੰਨਵਾਦ। ਤੇ ਸਿਸਟਮ ਉਹੀ ਆ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ, ਸਰਬੱਤ ਦੇ ਭਲੇ ਦੀ ਗੱਲ ਆ, ਏਕ ਪਿਤਾ ਏਕ ਸਕੇ ਮੁਬਾਰਕ, ਇੱਥੇ ਮੁੱਦੇ ਸਾਰਿਆਂ ਦੇ ਸਾਂਝੇ ਆ। ਹਿੰਦੂ ਵੀ ਬਹੁਤ ਜ਼ਿਆਦਾ ਦੁਖੀ ਨੇ, ਰੋਜ਼ਾਨਾ ਜਿਹੜੇ ਬਲਾਤਕਾਰ ਹੋ ਰਹੇ ਨੇ ਉਹ ਪੰਜਾਬ ਤੋਂ ਬਾਹਰ ਹਿੰਦੂਆਂ ਦੀਆਂ ਲੜਕੀਆਂ ਨਾਲ ਹੋ ਰਹੇ ਨੇ, ਗੈਂਗ ਰੇਪ ਹੋ ਰਹੇ ਨੇ, ਕਰਨ ਵਾਲੇ ਵੀ ਹਿੰਦੂ ਨੇ, ਤੇ ਉਹਨਾਂ ਨੂੰ ਬਚਾਉਣ ਵਾਲੇ ਵੀ ਸਿਸਟਮ ਦੇ ਵਿੱਚ ਬਹੁ ਗਿਣਤੀ, ਜਿਹੜੀ ਹਿੰਦੂ ਰਿਲੀਜਨ ਦੇ ਨਾਲ ਸੰਬੰਧਿਤ ਆ, ਤਾਂ ਉਹ ਵੀ ਵਿਚਾਰੇ ਬਹੁਤ ਦੁਖੀ ਨੇ,
ਅਤਿਆਚਾਰ ਉਹਨਾਂ ਦੇ ਉੱਪਰ ਵੀ ਹੋ ਰਿਹਾ, ਦਲਿਤਾਂ ਦੇ ਉੱਪਰ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ, ਮੁਸਲਿਮ ਕ੍ਰਿਸਚਨਾਂ ਦੇ ਉੱਪਰ ਵੀ ਤੁਸੀਂ ਦੇਖਿਆ ਹੋਣਾ ਵੀ ਕਿੰਨੇ ਉਹਨਾਂ ਨੇ ਚਰਚਾਂ ਸਾੜੀਆਂ ਗਈਆਂ, ਉਹਨਾਂ ਨੂੰ ਵੀ ਅੱਗੇ ਪ੍ਰਚਾਰ ਕਰਨ ਤੋਂ ਵੀ ਰੋਕਿਆ ਗਿਆ। ਇਹੀ ਹਾਲ ਸਿੱਖਾਂ ਦਾ ਆ। ਸੋ ਮਾਈਨੋਰਿਟੀ ਨੂੰ ਆਪਸ ਦੇ ਵਿੱਚ ਟਕਰਾਅ ਦੇ ਵਿੱਚ ਨਹੀਂ ਪੈਣਾ ਚਾਹੀਦਾ। ਮਾਈਨੋਰਿਟੀ ਜਿਹੜੀ ਆ ਘੱਟ ਗਿਣਤੀ ਆ, ਆਪਸ ਦੇ ਵਿੱਚ ਬੈਠਣ, ਸਲਾਹ ਮਸ਼ਵਰੇ ਕਰਨ ਤੇ ਇੱਕ ਏਕਤਾ ਬਣਾ ਕੇ, ਭਾਈਚਾਰਾ ਕਾਇਮ ਕਰਕੇ ਅੱਗੇ ਜਿਹੜੀ ਪਲੈਨਿੰਗ ਆ ਉਹ ਸਾਂਝੀ ਪਲੈਨਿੰਗ ਰੱਖ ਕੇ ਅੱਗੇ ਜਾ ਸਕਦੇ ਨੇ। ਜੇ ਇਸ ਤਰ੍ਹਾਂ ਟਕਰਾਅ ਦੇ ਵਿੱਚ ਜੇ ਬੰਦੇ ਚਾਰ ਚਾਰ ਹੋਣ ਤੇ ਉਹੀ ਲੜੀ ਜਾਣ ਤੇ ਫਾਇਦਾ ਤਾਂ ਫਿਰ ਹੋਣਾ ਹੀ ਹੈ ਨਾ। ਉਹਨਾਂ ਦੀ ਬਾਂਦਰਾਂ ਦੀ ਲੜਾਈ ਵਿੱਚ ਬਿੱਲੀ ਫਾਇਦਾ ਲੈ ਹੀ ਜਾਂਦੀ ਹੈ। ਸੋ ਇਹ ਬਾਂਦਰਾਂ ਦੀ ਲੜਾਈ ਵਿੱਚ ਆਪਾਂ ਨਾ ਪਈਏ। ਆਪਾਂ ਇਨਸਾਨ ਆ, ਸਿਆਣੇ ਬੰਦੇ ਆ, ਮਨੁੱਖੀ ਜਿਹੜੀ ਜੂਨ ਆ ਇਹ ਕਦੇ ਨਹੀਂ ਮਿਲਦੀ ਹੁੰਦੀ, ਬਹੁਤ ਕਹਿੰਦੇ ਨੇ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਆ। ਸੋ ਇਹ ਮਨੁੱਖਾ ਜਨਮ ਮਿਲਿਆ ਤਾਂ ਇਹਨੂੰ ਚੰਗੇ ਪਾਸੇ ਲਾ ਲਓ, ਲੜਾਈ ਝਗੜਿਆਂ ਵਿੱਚ ਕੱਖ ਨਹੀਂ ਰੱਖਿਆ। ਸਰਬੱਤ ਦੇ ਭਲੇ ਦੀ ਗੱਲ ਕਰੋ, ਏਕ ਪਿਤਾ ਏਕ ਸਕੇ ਅੰਬਾਰਕ ਉਹਦੀ ਗੱਲ ਕਰੋ। ਇਹ ਧਰਤੀ ਸਾਰੀ ਜਿਹੜੀ ਸ੍ਰਿਸ਼ਟੀ ਆ ਪ੍ਰਮਾਤਮਾ ਨੇ ਬਣਾਈ ਆ, ਸਭ ਦੀ ਸਾਂਝੀ ਆ, ਸਾਰਿਆਂ ਨੂੰ ਇੱਥੇ ਬਰਾਬਰ ਦੇ ਹੱਕ ਮਿਲਣ। ਇਸ ਕਿਸਮ ਦੀਆਂ ਪਲੈਨਿੰਗਾਂ ਲੈ ਕੇ ਅਸੀਂ ਇੱਕ ਹਲੇਮੀ ਰਾਜ ਦੀ ਗੱਲ ਕਰ ਸਕਦੇ ਆ, ਨਾ ਕਿ ਵੱਢ ਟੁੱਕ ਜਾਂ ਨਫ਼ਰਤ ਦੀ ਗੱਲਾਂ ਕਰਕੇ ਸਾਨੂੰ ਕੱਖ ਨਹੀਂ ਮਿਲਣਾ। ਬੜੇ ਔਖੇ, ਤੁਸੀਂ ਪਹਿਲਾਂ ਵੀ ਦੇਖਿਆ 47 ਦੀ ਵੰਡ ਵੀ ਲੋਕਾਂ ਨੇ ਦੇਖੀ, 84 ਵੀ ਦੇਖਿਆ, ਪੰਜਾਬ ਤੋਂ ਬਾਹਰ ਵੀ ਜਿਹੜੇ ਦੰਗੇ ਫਸਾਦ ਹੁੰਦੇ ਨੇ, ਕੌਮਾਂ ਭਿੜਦੀਆਂ ਨੇ, ਉਹਦੇ ਵਿੱਚੋਂ ਕਿੰਨਾ ਖੂਨ ਖਰਾਬਾ ਹੁੰਦਾ ਆ, ਕਿੰਨੇ ਲੋਕਾਂ ਦੇ ਘਰ ਪਤਾ ਨਹੀਂ ਕਿੰਨੀ ਮਿਹਨਤ ਕਰਕੇ ਘਰ ਬਣਾਏ ਹੁੰਦੇ ਆ ਤੇ ਉਹ ਮਿੰਟਾਂ ਦੇ ਵਿੱਚ ਅੱਗ ਲਾ ਕੇ ਅਗਲਾ ਸਾੜ ਕੇ ਚਲੇ ਜਾਂਦਾ। ਸੋ ਇਹ ਖਤਰਨਾਕ ਮਾਹੌਲ ਤੋਂ ਆਪਾਂ ਬਚੀਏ, ਨੁਕਸਾਨ ਹੀ ਨੁਕਸਾਨ ਆ, ਦੇ ਵਿੱਚੋਂ ਕੱਖ ਨਹੀਂ ਨਿਕਲਣਾ। ਜਾਂ ਤਾਂ ਹੋਵੇ ਨਾ ਕਿ ਜਿਹੜੇ ਪਹਿਲਾਂ ਲੜੀਆਂ ਨੇ ਕੌਮਾਂ ਉਹਨਾਂ ਦੇ ਵਿੱਚੋਂ ਕੁਝ ਨਿਕਲਿਆ, ਤੇ ਹੁਣ ਜੇ ਦੁਬਾਰਾ ਫਿਰ ਲੜਾਂਗੇ ਤਾਂ ਇਹਦੇ ਵਿੱਚੋਂ ਪਤਾ ਨਹੀਂ ਕੋਈ ਨਵਾਂ ਇਨਕਲਾਬ ਆ ਜਾਏਗਾ। ਇਹ ਇੱਕ ਨੰਗੀ ਮੌਤ ਨੱਚ ਰਹੀ ਆ ਪੰਜਾਬ ਦੇ ਵਿੱਚ, ਇਹਨੂੰ ਸੁਹਿਰਤਤਾ ਦੇ ਨਾਲ ਰੋਕਿਆ ਜਾ ਸਕਦਾ, ਠੱਲਿਆ ਜਾ ਸਕਦਾ। ਸੋ ਭੁੱਲ ਚੁੱਕ ਦੀ ਮਾਫੀ, ਸਾਨੂੰ ਦਿਓ ਇਜਾਜ਼ਤ ਜੀ, ਧੰਨਵਾਦ।